ਸਤਿ ਸ਼੍ਰੀ ਅਕਾਲ ਜੀ ਮੈਂ ਸਿੱਧੂ ਲੈ ਕੇ ਹਾਜ਼ਰਾਂ ਟਾਪ 20 ਨਿਊਜ਼ ਐਂਡ ਥਿਸ ਬਿਟ ਇਜ਼ ਸਪான்ਸਰਡ ਬਾਈ ਦਾ ਬਾਸਵੀਟਸ ਐਂਡ ਰੈਸਟੋਰੈਂਟਸ ਅੰਰਕਾਰ ਲ logistic ਵਿੰਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਅਗਨੀ ਦੇ ਦੋਸ਼ ਕੀਤਾ ਗ੍ਰਿਫਤਾਰ ਵਿੰਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਅਗਨੀ ਦੇ ਦੋਸ਼ ਵਿੱਚ ਅਰੈਸਟ ਕਰ ਲਿਆ ਉਹਨਾਂ ਨੇ ਕੈਰ ਨੈਵੀਨਿਊ ਦੇ ਇੱਕ ਕਾਰ ਦੇ ਵਕਿਆ ਡੇਕ ਵਿੱਚ ਅਗਲਗਾ ਦਿੱਤੀ ਸੀ ਪੁਲਿਸ ਨੇ ਦੁਪਹਿਰ ਨੂੰ ਜੇਨਿਟੇ ਨੈਵੀਨਿਊ ਤੇ ਇੱਕ ਹਿੰਸਾ ਦੀ ਰਿਪੋਰਟ ਮਿਲਣ ਤੇ ਕਾਰਵਾਈ ਕੀਤੀ ਹੈ ਜਿੱਥੇ ਉਹਨਾਂ ਨੂੰ ਇੱਕ 40 ਸਾਲਾ ਵਿਅਕਤੀ ਗੰਭੀਰ ਰੂਪ ਤੋਂ ਅੱਗ ਵਿੱਚ ਝੋਲਸਿਆ ਹੋਇਆ ਮਿਲਿਆ ਉਸ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਤੇ ਬਾਅਦ ਵਿੱਚ ਉਸਤੇ ਮਨੁੱਖੀ ਜੀਵਨ ਖਤਰੇ 'ਚ ਪਾਉਣ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਅਗਸਨੀ ਦੇ ਦੋਸ਼ ਅਰਸ਼ਟ ਕਾਲੇ ਗਿਆ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਅਹਿਮ ਬਣੇ ਅਮਰੀਕਾ ਦੇ 7 ਸੂਬੇ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰਾਂ ਨੇ ਆਪਣੇ ਚੋਣ ਪ੍ਰਚਾਰ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ ਪਰ ਇਸ ਚੋਣ ਵਿੱਚੋਂ 50 ਸੂਬਿਆਂ ਵਿੱਚੋਂ 7 ਸੂਬੇ ਆਉਣਗੇ ਅਜਿਹਾ ਲੱਗਦਾ ਹੈ ਕਿ ਇਨ੍ਹਾਂ ਰਾਜਾਂ ਦੇ ਵੋਟਰ ਹੀ ਤੈਅ ਕਰਨਗੇ ਕਿ ਦੇਸ਼ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ ਇਹ 7 ਸੂਬਿਆਂ ਵਿੱਚ ਐਰੋਜ਼ੀਨਾ, ਜਾਰਜੀਆ, ਮਿਸ਼ਿਗਨ, ਨਿਵਾਡਾ, ਉੱਤਰੀ ਕੈਰੋਲਿਨਾ, ਪੈਂਸਿਲਵੇਨੀਆ ਅਤੇ ਵਿਸਕான்ਸਿਨ

ਇਰਾਕੀ ਹਤਵਾਦੀ ਸਮੂਹ ਨੇ ਇਜ਼ਰਾਈਲ ਦੇ ਹਫੀਆ ਤੇ ਡਰੋਨ ਹਮਲੇ ਦਾ ਕੀਤਾ ਦਾਵਾ ਇਰਾਕੀ ਸ਼ੀਆ ਮਲੇਸ਼ੀਆ ਸਮੂਹ ਨੇ ਕੋਸ਼ਨਾ ਕੀਤੀ ਹੈ ਕਿ ਉਹਨਾਂ ਨੇ ਉੱਤਰੀ ਇਜ਼ਰਾਈਲ ਦੇ ਹਫੀਵਾ ਵਿੱਚ ਇੱਕ ਮਹੱਤਵਪੂਰਨ ਸਥਾਨ ਤੇ ਡਰੋਨ ਹਮਲਾ ਕੀਤਾ ਹੈ ਮਲੇਸ਼ੀਆ ਨੇ ਕਿਹਾ ਕਿ ਸ਼ਾਮ ਨੂੰ ਹੀ ਹਮਲਾ ਗਾਜ਼ਾ ਪੱਟੀ ਦੇ ਲੋਕਾਂ ਨਾਲ ਇੱਕ ਜੁੜਤਾ ਵਜੋਂ ਕੀਤਾ ਗਿਆ ਸੀ ਵਿਆਹ ਚ ਨਿਸ਼ਾਨਾ ਸਾਈਟ ਹੈ ਕਿਸੇ ਜਾਨੀ ਨੁਕਸਾਨ ਬਾਰੇ ਵੇਰਵੇ ਨਹੀਂ ਦਿੱਤੇ ਗਏ ਦੂਜੇ ਪਾਸੇ ਇਜ਼ਰਾਈਲ ਅਧਿਕਾਰੀਆਂ ਨੇ ਕਥਿਤ ਹਮਲੇ ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਅਸੀਨਾ ਖਿਲਾਫ ਵੱਡੀ ਕਾਰਵਾਈ 16 ਸਾਲਾਂ ਚ ਜ਼ਬਰੀ ਗਾਇਬ ਕੀਤੇ ਲੋਕਾਂ ਦੀ ਸੂਹ ਲੱਗਣ ਲਈ ਬਣਾਇਆ ਕਮਿਸ਼ਨ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਨੇ ਬੇਦਖਲ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਦੇ ਕਰੀਬ 16 ਸਾਲਾਂ ਦੇ ਸ਼ਾਸਨ ਦੌਰਾਨ ਜ਼ਬਰੀ ਗਾਇਬ ਕੀਤੇ ਗਏ ਪੀੜਤਾਂ ਦਾ ਪਤਾ ਲਗਾਉਣ ਤੇ ਉਹਨਾਂ ਦੀ ਪਛਾਣ ਲਈ ਇੱਕ ਕਮਿਸ਼ਨ ਦਾ ਗਠਨ ਕੀਤਾ ਹੈ ਇਹ ਜਾਣਕਾਰੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਚ ਦਿੱਤੀ ਗਈ ਹੈ ਨੋਟੀਫਿਕੇਸ਼ਨ ਦੇ ਅਨੁਸਾਰ ਪੰਜ ਮੈਂਬਰੀ ਕਮਿਸ਼ਨ ਨੂੰ ਲਾਪਤਾ ਵਿਅਕਤੀਆਂ ਦਾ ਪਤਾ ਲਗਾਉਣ ਤੇ ਉਹਨਾਂ ਦੀ ਪਛਾਣ ਕਰਨ ਅਤੇ ਵਾਖੂਫ਼ੀਅਤ ਕਾਨੂੰਨ ਲਾਗੂ ਕੁਨ ਕਰਨ ਵਾਲੀਆਂ ਏਜੰਸੀਆਂ ਦੁਆਰਾ ਉਹਨਾਂ ਨੂੰ ਜੋਬਰੀ ਲਾਪਤਾ ਕੀਤੇ ਜਾਣ ਵਾਲੇ ਹਾਲਾਤਾਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਹੈ ਇਜ਼ਰਾਈਲੀ ਫੌਜ ਨੇ ਹਮਾਸ ਦੀ ਕੈਦ ਤੋਂ ਬੰਦਕ ਨੂੰ ਛੁਡਵਾਇਆ ਗਾਜ਼ਾ 'ਚ ਜੰਮ ਕੇ ਮਚਾਈ ਤਬਾਹੀ ਲਿਬਨਾਨ ਵਿੱਚ ਹਿਜ਼ਬੁੱਲਾਹ ਤੇ ਇਜ਼ਰਾਈਲ ਵਿਚਕਾਰ ਜੰਗ ਭਾਵੇਂ ਰੁਕ ਗਈ ਹੋਵੇ ਪਰ ਇਜ਼ਰਾਈਲੀ ਫੌਜ ਗਾਜ਼ਾ ਵਿੱਚ ਤਬਾਹੀ ਮਚਾ ਰਹੀ ਹੈ ਇੱਕ ਵਾਰ ਫਿਰ ਗਾਜ਼ਾ ਚ ਰੈਰੇ ਫਸੀਨੀਆਂ ਤੇ ਜ਼ਬਰਦਸਤ ਹਵਾਈ ਹਮਲਾ ਕੀਤਾ ਗਿਆ ਦੀਰ ਅਲ ਬਲਾਹ ਵਿੱਚ ਇੱਕ ਸ਼ਰਨਾਥੀ ਕੈਂਪ ਤੇ ਇਜ਼ਰਾਈਲੀ ਹਮਲੇ ਵਿੱਚ ਚਾਰ ਬੱਚਿਆਂ ਦੇ ਕਾਰ ਸਹਿਤ ਕੁੱਟਕੁੱਟ 7 ਲੋਕ ਮਾਰੇ ਗਏ ਜਦੋਂ ਕਿ ਇੱਕ ਦਰਜਨ ਲੋਕ ਜ਼ਖਮੀ ਹੋਏ ਹੈ ਮੋਦੀ ਨੇ ਪੁਤਿਨ ਨਾਲ ਗੱਲਬਾਤ ਦੌਰਾਨ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਦੀ ਤਿਆਰੀ ਦੀ ਕੀਤੀ ਪੁਸ਼ਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ 'ਤੇ ਹੋਈ ਗੱਲਬਾਤ ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ 22 ਤੋਂ 24 ਅਕਤੂਬਰ ਤੱਕ ਹੋਣ ਵਾਲੇ ਬ੍ਰਿਕਸ ਸ਼ਿਕਸ ਸੰਮੇਲਨ ਚ ਸ਼ਾਮਲ ਹੋਣ ਲਈ ਤਿਆਰ ਹੈ ਇਸ ਸੰਮੇਲਨ ਬ੍ਰਿਕਸ ਦੇ ਵਿਸਾਰ ਤੋਂ ਬਾਅਦ ਪਹਿਲਾ ਹੈ ਸਰਕਾਰੀ ਖਬਰਾਂ ਏਜੰਸੀ ਨੇ ਕ੍ਰਮਨਲ ਦੇ ਪ੍ਰਸਿੱਵਾ ਦੇ ਹਵਾਲੇ ਨਾਲ ਦੱਸਿਆ ਹੈ ਕਿ ਫੋਨ 'ਤੇ ਹੋਈ ਗੱਲਬਾਤ ਦੌਰਾਨ ਦੋਵਾਂ ਨੇ ਜੁਲਾਈ ਚ ਪ੍ਰਧਾਨ ਮંત્રી ਦੀ ਮਾਸਕ ਯਾਤਰਾ ਦੌਰਾਨ ਹੋਏ ਵਪਾਰਕ ਸਮਝੌਤਿਆਂ ਦੇ ਲਾਗੂ ਕਰਨ ਬਾਰੇ ਵੀ ਗੱਲਬਾਤ ਕੀਤੀ ਹੈ। ਪੂਰਬੀ ਸੁਡਾਨ ਚ ਪਾਰਿਮੀਕਰ ਟੁੱਟਿਆ ਬਾਨੀ ਲੋਕਾਂ ਦੀ ਮੌਤ ਸੁਡਾਨ ਦੇ ਪੂਰਬ ਵਿੱਚੋਂ ਲਾਲ ਸਾਗਰ ਨਾਲ ਲੱਗਦੇ ਸੂਬੇ ਵਿੱਚ ਸਥੇਤਰ ਬਾਦ ਪੰਨ ਟੁੱਟਣ ਨਾਲ ਆਲੇ ਦੁਆਲੇ ਦੇ ਖੇਤਰਾ ਵਿੱਚ ਪਾਣੀ ਭਰ ਗਿਆ ਜਿਸ ਦੇ ਨਾਲ ਘਟੋ ਘੜਤੀ ਲੋਕਾਂ ਦੀ ਮੌਤ ਹੈ ਸਥਰਾਸ਼ਟਰ ਦੀ ਇੱਕ ਏਜੰਸੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਮਨੁੱਖੀ ਮਾਮਲੇ ਵਿੱਚ ਸਹਿਯੋਗ ਲਈ ਸਥਰਾਸ਼ਟਰ ਦੇ ਦਫ਼ਤਰ ਨੇ ਸਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਭਾਰੀ ਮੀਂਹ ਦੇ ਬਾਅਦ ਬੰਨ ਟੁੱਟਣ ਦੇ ਕਾਰਨ ਮਰਨ ਵਾਲਿਆਂ ਦੀ ਅਸਲ ਗਿਣਤੀ ਵੱਧ ਵੀ ਸਕਦੀ ਹੈ ਰਾਸ਼ਟਰਪਤੀ ਨੇ ਅਕਤੂਬਰ ਚ ਸੰਸਦੀ ਚੋਣਾਂ ਕਰਵਾਉਣ ਦਾ ਦਿੱਤਾ ਸੱਦਾ ਬੁਲਗੇਰੀਆ ਦੇ ਰਾਸ਼ਟਰਪਤੀ ਨੇ ਅਕਤੂਬਰ ਵਿੱਚੋ ਦੇਸ਼ ਚ ਸੰਸਦੀ ਚੋਣਾਂ ਦਾ ਐਲਾਨ ਕੀਤਾ ਹੈ ਜੋ ਨਿਰਧਾਰਿਤ ਸਮੇਂ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ ਇਸ ਕਦਮ ਨੂੰ ਯੂਰਪੀ ਸੰਘ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਦੇ ਮੈਂਬਰ ਦੇਸ਼ਾਂ ਨੂੰ ਸਿਆਸੀ ਰੁਕਾਵਟਾਂ ਤੇ ਆਰਥਿਕ ਮੁਸ਼ਕਲਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਦੇ ਰੂਪ ਚ ਦੇਖਿਆ ਜਾ ਰਿਹਾ ਹੈ ਰਾਸ਼ਟਰਪਤੀ ਰੋਮੇਨ ਰਾਡੀਵ ਨੇ ਸਾਇਤੋ ਬਨੋ ਵੋਟਾਂ ਦਾ ਐਲਾਨ ਕੀਤਾ ਹੈ ਜੋ 3 ਸਾਲਾਂ ਚ ਬੁਲਗੇਰੀਆ ਦੀ 7ਵੀਂ ਚੋਣ ਹੋਵੇਗੀ ਚੀਨ ਨੇ ਬ੍ਰਾਜ਼ੀਲ ਤੋਂ ਬਣਾਈ ਯੂਕਰੇਨ ਸ਼ਾਂਤੀ ਯੋਜਨਾ ਲਈ ਹੋਰ ਦੇਸ਼ਾਂ ਤੋਂ ਮੰਗੀ ਹਮਾਇਤ ਚੀਨ ਨੇ ਯੂਕਰੇਨ ਲਈ ਆਪਣੀ ਸ਼ਾਂਤੀ ਯੋਜਨਾ ਤੇ ਹੱਕ ਚ ਸਹਿਯੋਗ ਇਕੱਠਾ ਕਰਨ ਦੇ ਮਕਸਦ ਨਾਲ ਇੰਡੋਨੇਸ਼ੀਆ ਬ੍ਰਾਜ਼ੀਲ ਤੇ ਦੱਖਣੀ ਅਫਰੀਕਾ ਨਾਲ ਕੂਟਨੀਤਿਕ ਗੱਲਬਾਤ ਕਰਨ ਦੇ ਬਾਅਦ ਹੋਰ ਦੇਸ਼ਾਂ ਨੂੰ ਇਸ ਯੋਜਨਾ ਦਾ ਸਹਿਯੋਗ ਕਰਨ ਦੀ ਬੇਨਤੀ ਕੀਤੀ ਹੈ ਡਿਪਲੋਮੈਟ ਲੀ ਹੁਈ ਨੇ ਗਲੋਬਲ ਸਾਊਥੀ ਪ੍ਰਗਤਿ ਦੇਸ਼ਾਂ ਦੇ ਪ੍ਰਤੀਨਿਧਾਂ ਅਤੇ ਵਿਸ਼ੇਸ਼ ਸ਼ਾਂਤੀ ਨੂੰ ਹਲਾਰਾ ਦੇਣ ਵਾਲੀਆਂ ਉਨ੍ਹਾਂ ਮਹੱਤਵਪੂਰਨ ਤਾਕਤਾਂ ਨਾਲ ਮੁਲਾਕਾਤ ਕੀਤੀ ਜੋ ਚੀਨ ਦੇ ਸਮਾਨ ਰੋਖ ਰੱਖਦੀਆਂ ਰਾਜ ਸਭਾ ਚੋਣਾਂ ਬਿੱਟੂ ਦੇ ਕਿਰਨ ਚੌਧਰੀ ਬਿਨਾਂ ਮੁਕਾਬਲਾ ਚੇਤੂ ਕੇਂਦਰੀ ਮੰਤਰੀ ਤੇ ਭਾਜਪਾ ਅਗੂ ਰਵਨੀਤ ਸਿੰਘ ਬਿੱਟੂ ਤੇ ਹਰਿਆਣਾ ਤੋਂ ਪਾਰਟੀ ਦੀ ਅਗੂ ਕਿਰਨ ਚੌਧਰੀ ਕਰਮਵਾਰ ਰਾਜਸਥਾਨ ਤੇ ਹਰਿਆਣਾ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇਗੇ ਰਾਜ ਸਭਾ ਦੀ ਜਿਮਨੀ ਚੋਣ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਾਰੀਖ ਸੀ ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਜਾਰਜ ਕੋਰੀਅਨ ਮੱਧ ਪ੍ਰਦੇਸ਼ ਤੋਂ ਅਭਿਸ਼ੇਕ ਸਿੰਘ ਵੀ ਤੇਲੰਗਾਨਾ ਤੋਂ ਮਮਤਾ ਮੋਹਨਤਾ 오ਡੀਸਾ ਤੋਂ ਅਤੇ ਸਾਬਕਾ ਕੇਂਦਰੀ ਮੰਤਰੀ ਉਪਿੰਦਰ ਕੁਸ਼ਵਾਹਾ ਤੇ ਸੁਪਰੀਮ ਕੋਰਟ ਦੇ ਵਕੀਲ ਮਨਨ ਕੁਮਾਰ ਮਿਸ਼ਰਾ ਬਿਹਾਰ ਤੋਂ ਉੱਪਰਲੀ ਸਦਨ ਦੀ ਜਮਨੀ ਚੋਣ ਲਈ ਨਿਰਵਿਰੋਧ ਚੁਣੀ ਗਈ ਹੈ ਜਲ ਸੈਨਾ ਦੀ ਟੀਮ ਨੇ ਝਾਰਖੰਡ ਦੀ ਚਾਂਦਲ ਡੈਮ ਤੋਂ ਲਾਪਤਾ ਜਹਾਜ਼ ਦਾ ਮਲਬਾ ਕੱਢਿਆ ਇਹ ਜਹਾਜ਼ ਜਮਸ਼ੀਦਪੁਰ ਦੇ ਸਨਾਰੀ ਹਵਾਈ ਅੱਡੇ ਤੋਂ 20 ਅਗਸਤ ਨੂੰ ਉਡਾਨ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ ਕੌਮੀ ਆਫਟਰ ਰਲੀਫ ਟੀਮ ਦੀ ਨੇ ਪਾਇਲਟ ਕੈਪਟਨ ਜੀਤ ਸਤੁਰੂ ਅਤੇ ਟ੍ਰੇਨੀ ਪਾਇਲਟ ਸ਼ੁਭਰੋਦੀਪ ਦੱਤਾ ਦੀ ਹਲਾਸ਼ਾ ਬਰਾਮਦ ਕੀਤੀਆਂ ਸੀ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਦੀ ਟੀਮ ਨੇ ਸੈਂਸਨਾ 152 ਜਾਸਾ ਦਾ ਪਤਾ ਲਗਾਉਣ ਤੋਂ ਬਾਅਦ ਸਵੇਰੇ ਕਰੀਬ 10 ਵਜੇ ਚਾਂਦਲ ਡੈਮ ਵਿੱਚ ਤਲਾਸ਼ੀ ਮਿਮ ਸ਼ੁਰੂ ਕੀਤੀ ਸੀ ਸ਼੍ਰੀ ਮੋਦੀ ਹਾਤੇ ਪੁੱਤੇ ਨਾਲ ਫੋਨ ਤੇ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਕਰੇਨ ਚੰਗਰੂਕ ਲਈ ਭਾਰਤ ਦੀ ਵਚਨਬੱਤਾ ਦੁਹਰਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲੋਦੀਮੀਰ ਪੁੱਤੇ ਨਾਲ ਫੋਨ ਤੇ ਗੱਲਬਾਤ ਕਰਕੇ ਉਹਨਾਂ ਨਾਲ ਆਪਣੀ ਯੂਕਰੇਨ ਦਾਰੇ ਬਾਰੇ ਤਜਰਬੇ ਸਾਂਝੇ ਕੀਤੇ ਹੈ ਹਨ ਯੂਕਰੇਨ ਨਾਲ ਜੰਗ ਦੇ ਫੌਰੀ ਪੱਕੇ ਅਤੇ ਸ਼ਾਂਤਮਈ ਹੱਲ ਹੀ ਭਾਰਤ ਦੀ ਵਚਨਬੱਤਾ ਦੁਹਰਾਈ ਹੈ ਮੋਦੀ ਨੇ ਕਿਹਾ ਕਿ ਗੱਲਬਾਤ ਦੋਵੇਂ ਮ ਲਕਾਂ ਵਿਚਕਾਰ ਵਿਸ਼ੇਸ਼ ਰਣਨੀਤਿਕ ਪਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਢੰਗ ਤਰੀਕਾ ਬਾਰੇ ਵੀ ਵਿਚਾਰ ਵਟਾਅ ਦਾ ਕੀਤਾ ਗਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੂਸ-ਯੂਕਰੇਨ جنگ ਤੇ ਵਿਚਾਰਾਂ ਦਾ ਦਾਨ ਪ੍ਰਦਾਨ ਕੀਤਾ ਤੇ ਯੂਕਰੇਨ ਦੇ ਹੁਣੇ ਜੀ ਕੀਤੇ ਗਏ ਦੌਰੇ ਤੋਂ ਮਿਲੇ ਤਜਰਬੇ ਹੁਣ ਸਾਂਝਾ ਕੀਤਾ ਹੈ ਭਾਜਪਾ ਨੇ ਕੰਗਰਣਾ ਨੂੰ ਨੋਟ ਨੂੰ ਕੀਤਾ ਤਲਬ ਵਿਵਾਦਿਤ ਵਿਆਅ ਨੂੰ ਲੈ ਕੇ ਭਾਜਪਾ ਨੇ ਕੰਗਰਣਾ ਨੂੰ ਤਲਬ ਕੀਤਾ ਇਸ ਬੰਦ ਵਿੱਚ 7 ਵਜੇ ਪਾਪਾ ਬਦਾਂ ਜੀਪਿੰਡਾਵ ਨੂੰ ਮੀਟਿੰਗ ਸੱਦੀ ਗਈ ਹੈ ਇਸ ਮੀਟਿੰਗ ਵਿੱਚ ਕੰਗਰਣਾ ਨਾਲ ਮੁਲਾਕਾਤ ਲਈ ਸੱਦਾ ਗਿਆ ਤਸਦੀਕ ਹੀਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਪਾਪਾ ਦੀ ਸੰਸਦ ਮੈਂਬਰ ਕੰਗਰਣਾ ਨੇ ਬੀਤੇ ਦਿਨੀ ਇੱਕਾ ਇੰਟਰਵਿਊ ਦੌਰਾਨ ਕਿਸਾਨ ਅੰਦੋਲਨ ਦੇ ਵਿਵਾਦਿਤ ਵਿਆਅ ਦਾ ਇਸ ਨੂੰ ਬੰਗਲਾਦੇਸ਼ ਦੀ ਘਟਨਾ ਨਾਲ ਜੋੜਿਆ ਸੀ ਕੰਗਰਣਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਚੀਨ ਤੇ ਅਮਰੀਕਾ ਵਰਗੀਆਂ ਵਿਦੇਸ਼ੀ ਸ਼ਕਤੀਆਂ ਕੰਮ <laughs> ਕਰਦੀਆਂ <laughs> ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਹਦੀਪ ਸਿੰਘ ਡਿੰਪੀ ਤੇ ਲੋਵਲ ਨੂੰ ਲਾਇਆ ਦੋਸ਼ ਨੂੰ ਸਿਰੇ ਤੋਂ ਖਾਜ ਕ ਦਿੱਤਾ ਹੈ ਹੁਣ ਢਿੱਲੋਂ ਤੇ ਵਰਦੇ ਕਹਿੰਿਆ ਹੈ ਕਿ ਇਹ ਉਹ ਸ਼ਖਸ ਹੈ ਜਿਨ੍ਹਾਂ ਨੇ ਕਦੇ ਵੀ ਚੋਣ ਨਹੀਂ ਜਿੱਤੀ ਹੈ ਉਹਨੇ ਕਿਹਾ ਕਿ ਡਿੰਪੀ ਬੁਖਲਾਹਟ ਵਿੱਚ ਦੂਸ਼ਣਵਾਦੀ ਦਾ ਸਹਾਰਾ ਲੈ ਰਿਹਾ ਹੈ ਉਹਨੇ ਦਾਵਾ ਕੀਤਾ ਹੈ ਕਿ ਪੰਜਾਬ ਵਿੱਚ ਗਿੱਦੜਵਾਹਾ ਅਤੇ ਹੋਰ ਥਾਵਾਂ ਤੇ ਰਵਾਇਤੀ ਕਾਲੀ ਗੱਲ ਦਾ ਵੋਟ ਬੈਂਕ ਲਗਾਤਾਰ ਭਾਜਪਾ ਵੱਲ ਵਧ ਰਿਹਾ ਹੈ ਉਹਨੇ ਕਿਹਾ ਕਿ ਉਹ ਭਾਜਪਾ ਦਾ ਵਰਕਰ ਹੈ ਤੇ ਉਹ ਭਾਜਪਾ ਹੀ ਉਹਨਾਂ ਦਾ ਘਰ ਹੈ ਹੁਣ ਅਤੇ ਹਮੇਸ਼ਾ ਲਈ ਉਹ ਪਾਰਟੀ ਦੀਆਂ ਹਦਾਇਤਾਂ ਵਫਾਦਾਰੀ ਨਾਲ ਪਾਣਾ ਕਰਨੀਏ ਸਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ 'ਚ ਮੁਜ਼ਾਹਰਾ ਕਰਨ ਦਾ ਐਲਾਨ ਸਯੁਕਤ ਕਿਸਾਨ ਮੋਰਚਾ ਪੰਜਾਬ ਦੇ ਕਿਸਾਨਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਲੀ ਤੋਂ ਸਤੰਬਰ ਨੂੰ ਚੰਡੀਗੜ੍ਹ ਵਿੱਚ ਰੋਜ਼ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ ਮੀਟਿੰਗ ਵਿੱਚ ਮਤਾ ਪਾਸ ਕਰਕੇ 5-5 ਸੰਸਦ ਮੈਂਬਰ ਕੰਗਣਾ ਰਣੌਤ ਅਤੇ ਸਯੁਕਤ ਕਿਸਾਨ ਮੋਰਚਾ ਵਿਰੋਧੀ ਬਿਆਨ ਤੇ ਨਾਰਾਜ਼ਗੀ ਜ਼ਾਹਰ ਕਰਦੇ ਮੰਗ ਕੀਤੀ ਗਈ ਹੈ ਕਿ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਫੀ ਮੰਗਣ ਅਤੇ ਕਿ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੰਗਣਾ ਰਣੌਤ ਅਤੇ ਉਸ ਦੀ ਫਿਲਮ ਦਾ ਵਿਰੋਧ ਕੀਤਾ ਜਾਵੇਗਾ ਇਸ ਦੌਰਾਨ ਦਿੱਲੀ ਦੇ ਹਵਾਈ ਤੇ ਤੇਨ ਕਿਸਾਨਾਂ ਦਾ ਗਾਉਣ ਗਾਰ ਕਰਨੀ ਟੰਗਣਾ ਰੋਕਣ ਤੇ ਉਹਨਾਂ ਦੀ ਟਿਕਟ ਅਰਧ ਕਰਨ ਦੀ ਨਿਖੇਦੀ ਵੀ ਕੀਤੀ ਗਈ ਹੈ ਬਿਜਲੀ ਕਟਾ ਤੋਂ ਦੁਖੀ ਲੋਕਾਂ ਵੱਲੋਂ ਪਾਵਰ ਕਾਮ ਦਫ਼ਤਰ ਅੱਗੇ ਧਰਨਾ ਪਿੰਡ ਜਟਾਣਾ ਉੱਚਾ ਜਟਾਣਾ ਨੀਮਾ ਅਤੇ ਪਿੰਡ ਕਕਰਾਲਾ ਦੇ ਲੋਕਾਂ ਦੇ ਕਿਸਾਨ ਜਥੇਬੰਦੀਆਂ ਵੱਲੋਂ ਪਾਵਰ ਕਾਮ ਦਫ਼ਤਰ ਖਮਾਣੂ ਅੱਗੇ ਬਿਜਲੀ ਕਟਾ ਖਿਲਾਫ ਧਰਨਾ ਲਗਾਇਆ ਗਿਆ ਕਿਸਾਨਾਂ ਆਗੂ ਨੇ ਦੱਸਿਆ ਕਿ ਕਈ ਦਿਨਾਂ ਤੋਂ ਜਟਾਣਾ ਉੱਚਾ ਜਟਾਣਾ ਨੀਮਾ ਤੇ ਕਕਰਾਲਾ ਕਲਾ ਤੇ ਖੁਰਦ ਵਿੱਚ ਦਿਨ ਰਾਤ ਬਿਜਲੀ ਦੇ ਕੱਟ ਲੱਗ ਰਹੇ ਹਨ ਕਿਸਾਨਾਂ ਨੇ ਕਿਹਾ ਕਿ ਜੇ ਉਹਨਾਂ ਦੇ ਪਿੰਡਾਂ ਵਿੱਚ ਬਿਜਲੀ ਕੱਟ ਲਗਾਏਗੇ ਤਾਂ ਉਹ ਹਾਈਵੇ ਜਾਮ ਕਰਨ ਲਈ ਮਜਬੂਰ ਹੋਣਗੇ ਪੰਜਾਬ ਚ ਚੋਣ ਕਮਿਸ਼ਨ ਨੇ ਜਿਮਨੀ ਚੋਣਾ ਦਾ ਐਲਾਨ ਨਹੀਂ ਕੀਤਾ ਪਰ ਗਿਦੜਵਾਹਾ ਹਲਕਾ ਹੌਟ ਸੀਟਰ ਬਣੀ ਜਾ ਰਹੀ ਹੈ ਸ਼ੋਮਨੀ ਕਾਲੀ ਦਲ ਲਈ ਵੱਡੀ ਪ੍ਰੀਖਿਆ ਬਣੀਗਾ ਸ਼ੋਮਨੀ ਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਉਰਫ ਡਿੰਪੀ ਢਿੱਲੋ ਹੈ ਨਾ ਆਖਰੀ ਦਿਨਾਂ ਵਿੱਚ ਉਹ ਪਾਰਟੀ ਨੂੰ ਛੱਡ ਗਿਆ ਜੋ ਅਕਾਲੀ ਦਲ ਲਈ ਕਿਸੇ ਵੱਡੇ ਝਟਕੇ ਤੋਂ ਕਾਟਨੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਵਿੱਚ 28 ਅਗਸ ਨੂੰ ਸ਼ੇਰ ਢਿੱਲੋ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਦਾ ਰਸਮੀ ਐਲਾਨ ਕਰਨਗੇ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਿਦੜਵਾਹਾ ਸ਼ਹਿਰ ਵਿੱਚ ਇਕ ਅੱਠ ਦੌਰਾਨ ਢਿੱਲੋਂ ਨੂੰ ਆਪ ਵਿੱਚ ਸ਼ਾਮਿਲ ਕਰਨ ਵግਰੋਂ ਉਹਨਾਂ ਨੂੰ ਹਲਕਾ ਗੇਦਰਵਾਹ ਤੋਂ ਬਾਹਰ ਪਾਟਦਾ ਵੀ ਦਵਾਰ ਐਲਾ ਨਨਗੇ ਭਾਜਪਾ ਮਹਿਲਾ ਮੋਰਚੇ ਵੱਲੋਂ ਮੁੱਖ ਮੰਤਰੀ ਦੀ ਰਿਹਾਈ 'ਤੇ ਮੁਜ਼ਾਹਰਾ ਪੰਜਾਬ ਵਿੱਚੋਂ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਖਿਲਾਫ ਪੰਜਾਬ ਭਾਜਪਾ ਦੀ ਮਹਿਲਾ ਮੋਰਚਾ ਵੱਲੋਂ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਮਹਿਲਾ ਮੋਰਚਾ ਦੇ ਸੁਭਾ ਪ੍ਰਧਾਨ ਜੈ ਇੰਦਰ ਕਾਦੀ ਦੀ ਅਗਵਾਈ ਹੇਠ ਮਹਿਲਾ ਕਾਰਕੁਨਾਂ ਨੇ ਸੈਕਟਰ 37 ਸਥਿਤ ਭਾਜਪਾ ਦਫ਼ਤਰ ਮੂਰੇ ਪ੍ਰਦਰਸ਼ਨ ਕੀਤਾ ਇਸ ਦੌਰਾਨ ਜਦੋਂ ਮਹਿਲਾ ਮੋਰਚਾ ਦੇ ਆਗੂਆਂ ਨੇ ਮੁੱਖ ਮੰਤਰੀ ਭਗਵਨ ਸਿੰਘ ਮਾਨ ਦੀ ਰਿਹਾਈ ਸ਼ਲ ਮਾਰਚ ਸ਼ੁਰੂ ਕੀਤਾ ਤਾਂ ਪੁਲਿਸ ਨੇ ਕੁਝ ਦੂਰੀ 'ਤੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਦਿੱਤਾ ਉਨ੍ਹਾਂ ਨੂੰ ਅਗੇ ਨਹੀਂ ਵਧਣ ਦਿੱਤਾ ਗਿਆ। ਤਰਸੀਮ ਸਿੰਘ ਅਤੇ ਸਾਥੀਆਂ ਨੇ ਸੁਖਬੀਰ ਸਿੰਘ ਬਾਦਲ ਖਿਲਾਫ ਮਿਸਾਲੀ ਕਾਰਵਾਈ ਮੰਗੀ ਸ਼ੇਕਾਲ ਤੱਕ ਵਿਖੇ ਪੰਜ ਸਿੰਘ ਸਹਿਬਾਨ ਦੀ ਤੀਗਸ ਨੂੰ ਹੋਣ ਵਾਲੀ ਕਦਰਤਾ ਤੋਂ ਪਹਿਲਾਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਂ ਇੱਕ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਸ਼ੋਮਨੀ ਅਕਾਲੀ ਦਲ ਦਾ ਮਾਮਲਾ ਵਿਚਾਰ ਦੀ ਸਮੇਂ ਜਥੇਬੰਦੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਮਿਸਾਲੀ ਕਾਰਵਾਈ ਕੀਤੀ ਜਾਵੇ ਪੱਤਰ ਵਿੱਚ ਉਹਨਾਂ ਕਹਿ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਜੇ ਕੀਤੀਆਂ ਕਥਿਤ ਗਲਤੀਆਂ ਲਈ ਉਹਨਾਂ ਨੂੰ ਜਿੱਥੇ ਬੰਦੀ ਤੇ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਜਾਵੇ ਤੇ ਪੂਰੇ ਵਿੱਚ ਕਿਸੇ ਵੀ ਧਾਰਮਿਕ ਤੇ ਰਾਜਸੀ ਅਹੁਦੇ ਤੋਂ ਜੀਵਨ ਕਾਲ ਲਈ ਪਾਬੰਦੀ ਲਾਈ ਜਾਵੇ ਭਾਜਪਾ ਨੂੰ ਹਰਿਆਣਾ ਵਿੱਚ ਘੇਰਣ ਗਈ ਕਿਸਾਨ ਸਿੱਖਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਹੋਰਨਾਂ ਕਿਸਾਨੀ ਮੰਗਾਂ ਤੇ ਹਾਲ ਹੀ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਤੇ ਸੰਘਰਸ਼ ਵਧਿਆ ਹੋਇਆ ਹੈ ਕਿਸਾਨਾਂ ਨੇ ਮੰਗਾਂ ਪੂਰੀਆਂ ਨਾ ਹੋਣ ਤੇ ਭਾਜਪਾ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਘੇਰਣ ਦੀ ਵਿਵਸਥਾ ਬੰਦੀ ਕਰ ਲਈ ਹੈ ਦੂਜੇ ਪਾਸੇ ਸੰਦੋਨਾਂ ਦੇ 200 ਦਿਨ ਮੁਕੰਮਲ ਹੋਣ ਤੇ 31 ਅਗਸਤ ਨੂੰ ਕਿਸਾਨਾਂ ਨੇ ਸ਼ੰਭੂਪਾਟ ਤੇ ਕੱਟਸਦਿਆ ਜਿਦੇ ਲਈ ਕਿਸਾਨ ਕਾਫਲੇ ਵਿੱਚ ਭੁੱਜ ਰਿਹਾ ਹੈ ਇਹ ਸੀ ਹੁਣ ਤੱਕ ਦੀਆਂ ਅਪਡੇਟਸ ਮੈਨੂੰ ਆਸਿਦੂੰ ਦਿਓ ਜੱਜ ਸਤਿ ਸ਼੍ਰੀ ਅਕਾਲ